ਪਰ ਦੇਖੋ ਸਮੀਕਰਨ ਪੋਲੀਟੀਕਲੀ ਇੱਥੇ ਲਗਾਤਾਰ ਬਦਲੇ ਨੇ ਇਸ ਸੀਟ 'ਤੇ, ਔਰ ਵੋਟਾਂ ਵੀ ਇੱਕ ਤੋਂ ਬਾਅਦ ਇੱਕ ਵੋਟਾਂ, ਮੈਨੂੰ ਲੱਗਦਾ ਹੈ ਕਿ ਅਗਰ ਆਪਾਂ ਸੱਜੇ ਖੱਬੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਵੋਟਾਂ ਜਲੰਧਰ ਆਇਆਂ ਨੂੰ ਪਾਉਣੀਆਂ ਪਈਆਂ ਹੋਣਗੀਆਂ। ਚਲੋ ਪਹਿਲਾਂ ਤਾਂ ਮਜਬੂਰੀ ਵੱਸ ਕਹਿ ਲਈਏ ਕਿ ਰੱਬ ਦਾ ਭਾਣਾ ਸੀਗਾ ਕਿ ਚੌਧਰੀ ਸਾਹਿਬ ਚਲੇ ਗਏ, ਉਸ ਤੋਂ ਬਾਅਦ ਜ਼ਿਮਨੀ ਚੋਣ ਆ ਗਈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਪਾਰਲੀਮੈਂਟ ਚੋਣ ਆ ਗਈ, ਉਸ ਤੋਂ ਬਾਅਦ ਹੁਣ ਵਿਧਾਇਕ ਸਾਹਿਬ ਦੀ ਜਿਹੜੀ ਹੈ ਉਹ ਅਸਤੀਫੇ ਤੋਂ ਬਾਅਦ ਉਹ ਜ਼ਿਮਨੀ ਚੋਣ ਆ ਗਈ। ਤਾਂ ਦੇਖੋ ਕਿਤੇ ਨਾ ਕਿਤੇ ਦਿੱਕਤ ਤਾਂ ਇਹ ਲੋਕਾਂ ਨੂੰ ਆਈ ਹੈ। ਚਲੋ ਦੂਜੀ ਗੱਲ ਦੇਖੋ, ਇਸ ਸੀਟ 'ਤੇ ਇੱਕ ਚੀਜ਼ ਹੋਰ ਹੈ, ਇਸ ਸੀਟ 'ਤੇ ਦਲ ਬਦਲਣ ਵਾਲਾ ਦੌਰ ਜਿਹੜਾ ਉਹ ਬੜਾ ਚੱਲਿਆ। ਜਲੰਧਰ ਤਾਂ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨੰਬਰ 1 ਵਾਲੇ ਪਾਸੇ ਨੂੰ ਵੱਧ ਗਿਆ, ਔਰ ਇੱਥੋਂ ਦੇ ਲੋਕਾਂ ਨੂੰ ਹੁਣ ਤਾਂ ਨਾ ਗੌਰਵ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਸੀ ਕਿ ਜੇ ਕਿਸੇ ਨੂੰ ਕਹਿਣਾ ਫਲਾਨਾ ਬਦਲ ਗਿਆ ਤਾਂ ਗੌਰ ਹੀ ਨਹੀਂ ਕਰਦੇ ਲੋਕ ਕਿ ਯਾਰ ਅੱਛਾ ਫਲਾਨਾ ਉੱਧਰ ਚਲਾ ਗਿਆ, ਕੋਈ ਗੱਲ ਨਹੀਂ, ਫਲਾਨਾ ਉੱਧਰ ਚਲਾ ਗਿਆ, ਕੋਈ ਗੱਲ ਨਹੀਂ। ਇੰਨਾ ਕੁ ਦਲ ਬਦਲ ਲੋਕਾਂ ਨੇ ਜਿਹੜਾ ਹੈਗਾ ਇਸ ਸੀਟ 'ਤੇ ਵੇਖਿਆ। ਉਮੀਦਵਾਰ ਇੱਕ ਵਾਰੀ ਚੋਣ ਇੱਕ ਪਾਸੋਂ ਲੜਦਾ, ਦੂਜੀ ਵਾਰੀ ਦੂਜੇ ਪਾਸੇ ਲੜਦਾ। ਜਿਸ ਤਰ੍ਹਾਂ ਤੁਸੀਂ ਦੇਖੋ, ਤੁਸੀਂ ਸੁਸ਼ੀਲ ਰਿੰਕੂ ਨੂੰ ਲਾ ਲਓ, ਸੁਸ਼ੀਲ ਰਿੰਕੂ ਜਦੋਂ ਵਿਧਾਇਕ ਬਣਦੇ ਨੇ ਜਿਹੜਾ ਹੈਗਾ ਉਹ ਕਾਂਗਰਸ ਤੋਂ ਬਣਦੇ ਨੇ, ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਜਾਂਦੇ ਨੇ, ਪਾਰਲੀਮੈਂਟ ਚੋਣ ਆਮ ਆਦਮੀ ਪਾਰਟੀ ਵੱਲੋਂ ਲੜਦੇ ਨੇ, MP ਬਣ ਜਾਂਦੇ ਨੇ, ਔਰ ਉੱਧਰੋਂ ਮੁੜ ਕੇ ਜਿਹੜਾ ਹੈਗਾ ਛੱਡ ਕੇ BJP ਦੇ ਵੱਲ ਚਲੇ ਜਾਂਦੇ ਨੇ, ਟਿਕਟ ਮਿਲੀ ਬਣਾਈ ਛੱਡ ਕੇ BJP ਦੇ ਵੱਲ ਚਲੇ ਜਾਂਦੇ ਨੇ, ਔਰ ਇੱਧਰ ਸ਼ੀਤਲ ਉਂਗਰਾਲ ਹੋਣੀ ਵਿਧਾਇਕ ਸੀਗੇ ਆਮ ਆਦਮੀ ਪਾਰਟੀ ਦੇ, ਛੱਡ ਕੇ BJP ਚਲੇ ਜਾਂਦੇ, ਪਹਿਲਾਂ BJP ਛੱਡ ਕੇ ਆਏ ਸੀਗੇ, BJP ਚਲੇ ਗਏ। ਇੱਧਰ BJP ਉਮੀਦਵਾਰ BJP ਛੱਡ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ 'ਚ ਆ ਗਏ। ਤਾਂ ਇੱਥੇ ਇਹ ਦੌਰ ਜਿਹੜਾ ਹੈਗਾ ਬੜਾ ਚੱਲਿਆ, ਔਰ ਲੋਕ ਕਿਤੇ ਨਾ ਕਿਤੇ ਇੱਥੇ ਇਹ ਮੁੱਦਾ ਜਿਹੜਾ ਹੈਗਾ ਪਾਰਲੀਮੈਂਟ ਚੋਣਾਂ ਦੇ ਦੌਰਾਨ ਤਾਂ ਪਿਛਲੀਆਂ ਜਿਹੜੀਆਂ ਸੀ ਉੱਥੋਂ ਦਾ ਬਹੁਤ ਵੱਡਾ ਮੁੱਦਾ ਰਿਹਾ, ਔਰ ਪਵਨ ਟੀਨੂ ਜਿਹੜੇ ਨੇ, ਪਵਨ ਟੀਨੂ ਅਕਾਲੀ ਦਲ ਛੱਡ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਐਤਕੀ ਉਮੀਦਵਾਰ ਬਣੇ ਸੀ, ਤਾਂ ਇਹ ਬੜਾ ਇੱਥੇ ਦੌਰ ਰਿਹਾ। ਇਸ ਵਾਰ ਵੀ ਇਹ ਚੀਜ਼ ਹਾਵੀ ਰਹੀ ਹੈ, ਔਰ ਇਹੀ ਕਾਰਨ ਹੈ ਕਿ ਕਾਂਗਰਸ ਉਮੀਦਵਾਰ ਤਾਂ ਇਸ ਚੀਜ਼ ਨੂੰ ਹੀ ਆਪਦਾ ਪਲੱਸ ਪੁਆਇੰਟ ਮੰਨ ਰਹੇ ਸੀ। ਤੁਸੀਂ ਦੇਖੋ ਚੋਣਾਂ ਦੇ ਵਿੱਚ ਮੁੱਦਾ ਦੇਖੋ ਤੁਸੀਂ ਕਿ ਐਸੇ ਹਾਲਾਤ ਪੈਦਾ ਹੋ ਗਏ ਜਲੰਧਰ ਦੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਇਹ ਕਹਿੰਦੇ ਨਜ਼ਰ ਆਏ ਕਿ ਬਾਕੀ ਤਾਂ ਦੇਖੋ ਦਲ ਬਦਲੂ ਹੈ ਜੀ, ਮੈਂ ਜਿਹੜੀ ਹੈਗੀ ਆ ਇੱਕੋ ਇੱਕ ਪਾਰਟੀ ਦੀ ਉਮੀਦਵਾਰ ਹਾਂ, ਔਰ ਮੈਂ ਲਗਾਤਾਰ ਲੋਕਾਂ ਦੇ ਵਿੱਚ ਇਸੇ ਪਾਰਟੀ ਜੁੜੀ ਹੋਈ ਹਾਂ। ਤੁਸੀਂ ਦੇਖੋ ਜਦੋਂ ਇਹ ਹਾਲਾਤ ਪੈਦਾ ਹੋ ਜਾਣ ਕਿ ਉਮੀਦਵਾਰ ਇਹ ਕਹਿਣ ਲੱਗ ਜੇ ਕਿ ਇਹ ਵੀ ਮੇਰੀ ਪ੍ਰਾਪਤੀ ਹੈ ਕਿ ਮੈਂ ਆਪਦੀ ਹੀ ਪਾਰਟੀ ਵੱਲੋਂ ਚੋਣ ਲੜ ਰਿਹਾ, ਤਾਂ ਉਦੋਂ ਕੀ ਹਾਲਾਤ ਹੋਣਗੇ ਉੱਥੇ। ਦੇਖੋ ਹਾਲਾਤ ਲਗਾਤਾਰ ਇੱਥੇ ਮੁੱਦਿਆਂ ਨੂੰ ਲੈ ਕੇ, ਔਰ ਕਿਉਂ ਸਫਾਈ ਦਾ ਜਾਂ ਸੀਵਰੇਜ ਦਾ ਇਹ ਬੜਾ ਵੱਡਾ ਮੁੱਦਾ ਰਿਹਾ, ਔਰ ਗੌਰਵ ਤੁਹਾਨੂੰ ਮੈਂ ਸੱਚੀ ਦੱਸਾਂ ਕਿ ਅਸੀਂ ਜਿੰਨੇ ਜਿੰਨੇ ਥਾਵਾਂ 'ਤੇ ਵੀ ਹੁਣ ਜਾ ਕੇ ਆਏ ਹਾਂ ਸਫਾਈ ਦਾ ਵਾਕਈ ਬੁਰਾ ਹਾਲ ਸੀ, ਔਰ ਹੁਣ ਇੱਥੇ ਖੜ੍ਹੇ ਹਾਂ ਤਾਂ ਮੱਖੀ ਨੇ ਜਿਹੜਾ ਮਖਿਆਲ ਨੇ ਖੜ੍ਹਨਾ ਮੁਸ਼ਕਲ ਕਰ ਦਿੱਤਾ, ਕਿਉਂਕਿ ਆਸ ਪਾਸ ਇੰਨਾ ਕੁ ਕਹਿ ਲਈਏ ਕਿ ਸਫਾਈ ਸੁਕਰਾ ਇੰਨੀ ਕੁ ਕਿ ਉਹਦੇ ਨਾਲ ਬੁਰਾ ਹਾਲ ਆ ਆਸ ਪਾਸ। ਔਰ ਇਹਦੇ ਲਈ ਬੇਸ਼ੱਕ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹੋਣ, ਕਾਂਗਰਸ ਜਿਹੜੀ ਹਾਲਾਂਕਿ ਸੱਤਾ ਤੇ ਜ਼ਿੰਮੇਵਾਰ ਠਹਿਰਾਉਂਦੀ ਹੈ, ਪਰ ਜਿਹੜੇ ਉਮੀਦਵਾਰ ਨੇ ਉਹ ਵੀ ਡਿਪਟੀ ਮੇਅਰ ਲਗਾਤਾਰ ਇੱਥੇ ਰਹੇ ਨੇ, ਲਗਾਤਾਰ ਕੌਂਸਲਰ ਬਣਦੇ ਰਹੇ ਨੇ। ਤਾਂ ਕਿਤੇ ਨਾ ਕਿਤੇ ਦੇਖੋ, ਚਲੋ ਠੀਕ ਹੈ ਮੁੱਦੇ ਨੇ ਚੋਣਾਂ ਦੇ ਵਿੱਚ, ਹਰ ਤਰ੍ਹਾਂ ਦੇ ਮੁੱਦੇ, ਦਲ ਬਦਲ ਵੀ ਮੁੱਦਾ, ਵਿਕਾਸ ਵੀ ਮੁੱਦਾ, ਇੱਥੇ ਜਿਹੜੇ ਸੀਵਰੇਜ ਪਾਣੀ ਇਹ ਵੀ ਮੁੱਦੇ, ਤਾਂ ਦੇਖਦੇ ਹਾਂ ਜੀ ਕਿਹੜੇ ਮੁੱਦੇ ਭਾਰੀ ਰਹਿਣਗੇ। ਪਰ ਫਿਲਹਾਲ ਕਹਿ ਸਕਦੇ ਹਾਂ ਕਿ ਵੋਟਿੰਗ ਜਿਹੜੀ ਉਹ ਲਗਾਤਾਰ ਜਾਰੀ ਹੈ, ਥੋੜ੍ਹੀ ਦੇਰ ਬਾਅਦ ਕਾਂਗਰਸ ਉਮੀਦਵਾਰ ਬੀਬੀ ਸੁਰਿੰਦਰ ਕੌਰ ਆਉਣਗੇ, ਉਹ ਵੋਟ ਕਰਨਗੇ ਇੱਥੇ, ਫਿਰ ਦੇਖਦੇ ਹਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ।